ਤੁਸੀਂ ਸਰਪੰਚ ਹੋ? ਤੁਸੀਂ ਸ਼ਨੀਰ ਤੋਂ ਜੀ। ਕੀ ਸ਼ੁਭ ਨਾਮ ਆਪਣਾ? ਅਮਨ ਗੁਰਵੀਰ ਸਿੰਘ। ਅੱਛਾ, ਹੁਣ ਤੁਸੀਂ ਵੀਡੀਓ ਦਫ਼ਤਰ ਕਿਵੇਂ ਆਏ ਹੋ ਅੱਜ? ਇਹ ਆਪਣਾ ਜਿਹੜਾ ਕੈਮੀਕਲ, ਸੋਡੀਅਮ ਕੈਮੀਕਲ ਪਿੰਡਾਂ 'ਚ ਸਪਰੇਅ ਦੇ ਲਈ। ਅੱਛਾ ਜੀ, ਕੀ ਲੋਕ ਜਾਗਰੂਕ ਹੈ ਇਸ ਬਿਮਾਰੀ ਤੋਂ, ਕਰੋਨਾ ਤੋਂ? ਲਗਭਗ ਹੁਣ ਜਾਗਰੂਕਤਾ ਹੈਗੀ, ਸਾਰੇ ਸਰਪੰਚਾਂ ਨੇ ਅਤੇ ਪ੍ਰਸ਼ਾਸਨ ਨੇ ਵਧੀਆ ਲੋਕਾਂ ਨੂੰ ਸਮਝਾਇਆ ਹੈਗਾ ਤਰੀਕੇ ਨਾਲ ਕਿ ਘਰਾਂ ਦੇ ਵਿੱਚ ਰਹੋ, ਰਾਸ਼ਨ ਪਾਣੀ ਮੁਹੱਈਆ ਕਰਾਇਆ ਜਾ ਰਿਹਾ, ਦਵਾਈਆਂ ਘਰੋ ਘਰੀ ਮੁਹੱਈਆ ਕਰਾਈਆਂ ਜਾ ਰਹੀਆਂ ਨੇ। ਹੁਣ ਕੁਛ ਪਰਸੈਂਟ ਜਾਗਰੂਕਤਾ ਹੈਗੀ ਹੈ, 80-90% ਲੋਕ ਸਹਿਯੋਗ ਦੇ ਰਹੇ। ਕੀ ਤੁਸੀਂ ਇੱਕ ਪੜ੍ਹੇ ਲਿਖੇ ਸਰਪੰਚ ਹੋ, ਲੋਕਾਂ ਨੂੰ ਯੰਗ ਏਜ ਦੇ ਮੁਤਾਬਕ ਤੁਸੀਂ ਕੀ ਮੈਸੇਜ ਦਿਓਗੇ ਵੀ ਲੋਕਾਂ ਨੂੰ ਹੋਰ ਇਹਦੇ ਲਈ ਕੀ ਕਰਨਾ ਚਾਹੀਦਾ? ਇਸ ਦੇ ਲਈ ਬਸ ਇਹ, ਜੋ ਲੋਕ ਮੰਨ ਲਓ ਜਿਨ੍ਹਾਂ ਦਾ ਸਰਦਾ ਗਾ ਆਪਣੇ ਘਰਾਂ ਦੇ ਵਿੱਚ, ਜੋ ਚੀਜ਼ ਹੈ ਕਿਸੇ ਨੂੰ ਦਾਨ ਪੁੰਨ ਕਰ ਸਕਦੇ ਨੇ, ਸਮਰੱਥਾ ਹੈਗੀ ਆ, ਦੂਸਰਿਆਂ ਨੂੰ ਸਹਿਯੋਗ ਦੇਣ, ਆਪਣੇ ਆਲੇ ਦੁਆਲੇ, ਦੂਰ ਨਹੀਂ ਤਾਂ ਆਪਣੇ ਆਲੇ ਦੁਆਲੇ ਕੋਈ 5-7 ਘਰ ਨੇ, ਉਹਨਾਂ ਨੂੰ ਮਦਦ ਕਰਨ, ਐਵੇਂ ਕਿ ਚੇਨ ਬਣੀ ਰਹੇ ਅਤੇ ਕਿਸੇ ਨੂੰ ਵੀ ਪਰੇਸ਼ਾਨੀ ਨਾ ਆਵੇ। ਸਰਕਾਰ ਦੇ ਸਿਰ 'ਤੇ ਵੀ ਬੋਝ ਘੱਟ ਪੈਂਦਾ ਗਾ, ਆਪਣੇ ਪਿੰਡਾਂ ਦੇ ਵਿੱਚ ਪਿਆਰ ਵੀ ਵੱਧਦਾ ਅਤੇ ਆਪਣੇ ਘਰਾਂ ਦੇ ਵਿੱਚ ਰਹਿਣ ਸੇਫ ਰਹਿਣ। ਹੋਰ ਸਰਪੰਚਾਂ ਦੇ, ਤੁਹਾਡੇ ਸਾਥੀ ਸਰਪੰਚਾਂ ਦੇ ਫੋਨ ਆਏ ਵੀ ਇਸ ਤਰ੍ਹਾਂ ਜੇ ਗੌਰਮੈਂਟ ਉਪਰਾਲਾ ਕਰੇ ਤਾਂ ਇਹ ਸਥਿਤੀ ਨਾਲ ਹੋਰ ਨਿਠਿਆ ਜਾ ਸਕਦਾ ਹੈ? ਕਿਸ ਤਰ੍ਹਾਂ ਦਾ ਕੋਈ ਮੈਸੇਜ ਕਿਸ ਪਾਸੋਂ ਆਇਆ ਹੋਵੇ ਤੁਹਾਡੇ ਕੋਲ? ਪੰਚਾਇਤਾਂ ਦਾ ਜੀ, ਆਪਣੀ ਜਿਵੇਂ ਆਪਣੇ ਪਿੰਡਾਂ ਦੇ ਵਿੱਚ ਕਲੱਬ ਨੇ ਜੀ, ਕੋਈ ਡੇਰਿਆਂ ਦੀ ਕਮੇਟੀਆਂ ਨੇ, ਉਹਨਾਂ ਨੂੰ ਪੰਚਾਇਤ ਮੰਨ ਲਓ ਪਹਿਲ ਦੇ ਆਧਾਰ 'ਤੇ ਅੱਗੇ ਲੱਗ ਕੇ ਆਪਣਾ ਫੰਡ ਦੇ ਕੇ ਉਹਨਾਂ ਦੀ ਮਦਦ ਮੰਗੇ, ਫਿਰ ਰਲ ਮਿਲ ਕੇ ਜਿਵੇਂ 2 ਕਲੱਬ ਨੇ, 3 ਕਲੱਬ ਨੇ, ਉਹ ਆਪਣੇ ਸਾਰੇ ਇੱਕ ਫੰਡ ਇਕੱਠਾ ਕਰਕੇ ਉਸੇ ਨਾਲ ਆਪਣੇ ਆਪਣੇ ਪਿੰਡ ਨੂੰ ਸੰਭਾਲ ਲੈਣ, ਇਹਨੇ ਨਾਲ ਆਪਣਾ ਸਾਰਾ ਪੰਜਾਬ ਸੁਰੱਖਿਅਤ ਰਹਿ ਸਕਦਾ। ਕਿਹੜੇ ਥਾਣੇ ਤੋਂ ਜੀ ਆਪਾਂ? ਮੈਂ ਥਾਣਾ ਝਨੀਰ ਦਾ ਬਤੌਰ ਮੁੱਖ ਅਫਸਰ ਲੱਗਾ ਹੋਇਆ। ਕਿੰਨੇ ਕੁ ਇਸ ਤੁਹਾਡੇ ਥਾਣੇ ਅੰਦਰ ਪਿੰਡ ਪੈਂਦੇ ਜੀ? ਮੇਰੇ 24 ਪਿੰਡ ਨੇ, ਜਿਹਨਾਂ 'ਚ ਮੈਂ ਹੁਣ ਚੱਕਰ ਲਾ ਕੇ ਆਇਆ, ਸਾਰੇ ਲੋਕਾਂ ਨੂੰ ਅਵੇਅਰ ਕਰਕੇ ਆਇਆ। ਵੈਸੇ ਲੋਕ ਬਹੁਤ ਸਹਿਯੋਗ ਦੇ ਰਹੇ ਨੇ, ਹੁਣ ਲੋਕਾਂ ਨੂੰ ਬਹੁਤ ਜਾਗਰੂਕ ਕੀਤਾ ਜਾ ਰਿਹਾ। ਤੁਹਾਡੇ ਰੌਣ ਦੇ ਮੁਤਾਬਕ ਲੋਕਾਂ ਨੂੰ ਹੋਰ ਚੀਜ਼ਾਂ ਜੇ ਸਰਕਾਰ ਮੁਹੱਈਆ ਕਰਾਵੇ ਜਾਂ ਪ੍ਰਸ਼ਾਸਨ, ਕੀ ਹੋਰ ਚੀਜ਼ ਦੀ ਜ਼ਰੂਰਤ ਮਹਿਸੂਸ ਕਰਦੇ ਹੋ? ਨਹੀਂ, ਅਸੀਂ ਤਕਰੀਬਨ ਹੁਣ ਕਿਸੇ ਨੂੰ ਕੋਈ ਚੀਜ਼ ਦੀ ਲੋੜ ਮਹਿਸੂਸ ਹੋਣ ਨਹੀਂ ਦਿੰਦੇ। ਜਿਹੜੀ ਵੀ ਕੋਈ ਗੈਸ ਸਿਲੰਡਰ ਜਾਂ ਕੋਈ ਰਾਸ਼ਨ, ਅਸੀਂ ਉਹ ਟਾਈਮ ਸਿਰ ਉਹਨਾਂ ਦੇ ਆਪਣੇ ਦੁਕਾਨਦਾਰਾਂ ਤੋਂ ਅਤੇ ਜਿਹੜੇ ਵਲੰਟੀਅਰ ਵਾਰਡ ਵਿੱਚ ਲਾਏ ਹੋਏ ਨੇ, ਘਰ ਘਰ ਪਹੁੰਚਾ ਰਹੇ ਨੇ, ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਆਉਣ ਦੇਵਾਂਗੇ। ਜਿਸ ਤਰ੍ਹਾਂ ਪਿਛਲੇ 3-4 ਦਿਨ ਪਹਿਲਾਂ ਲੋਕਾਂ ਦੇ ਵਿੱਚ ਇਕੱਠ ਸੀ ਸੱਥਾਂ 'ਚ ਜਾਂ ਤਾਂਸ਼ ਖੇਡਦੇ ਸੀ, ਕੋਈ ਇਸ ਤਰ੍ਹਾਂ ਦਾ ਨਜ਼ਰ ਆ ਰਿਹਾ? ਨਹੀਂ, ਹੁਣ ਨਹੀਂ, ਹੁਣ ਲੋਕ ਵੈਸੇ ਜਾਗਰੂਕ ਹੋ ਗਏ। ਪਹਿਲਾਂ ਲੋਕਾਂ ਨੂੰ ਇਹ ਸੀ ਵੀ ਇਹ ਪਤਾ ਨਹੀਂ ਕੀ ਹੈ, ਮਖੌਲ ਹੀ ਬਣਾਇਆ ਸੀ ਲੋਕਾਂ ਨੇ, ਪਰ ਹੁਣ ਇਹ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹ ਵਾਕਈ ਹੀ ਪ੍ਰਸ਼ਾਸਨ ਜੋ ਕਰ ਰਿਹਾ ਉਹ ਸਾਡੇ ਲਈ, ਸਾਡੇ ਭਲੇ ਲਈ ਹੀ ਕਰ ਰਿਹਾ। ਲੋਕ ਹੁਣ ਬਹੁਤ ਅਵੇਅਰ ਹੋ ਗਏ। ਕੀ ਲੱਗਦਾ ਤੁਹਾਨੂੰ, ਪੁਲਿਸ ਨੂੰ ਹੁਣ ਡੰਡੇ ਦੀ ਜ਼ਰੂਰਤ ਹੈ ਜਾਂ ਵੈਸੇ ਹੀ? ਨਹੀਂ ਨਹੀਂ, ਡੰਡੇ ਦੀ ਕੋਈ ਜ਼ਰੂਰਤ ਨਹੀਂ ਜੀ, ਲੋਕ ਅਵੇਅਰ ਹੋ ਗਏ। ਡੰਡਾ ਪਹਿਲਾਂ ਵੀ ਨਹੀਂ ਵਰਤਿਆ ਅਤੇ ਨਾ ਹੀ ਡੰਡੇ ਵਰਤਣ ਦੀ ਲੋੜ ਹੈ, ਅਤੇ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹ ਸਾਡਾ ਪ੍ਰਸ਼ਾਸਨ ਜੋ ਸਾਰਾ ਪ੍ਰਸ਼ਾਸਨ ਹੀ ਸਾਡੇ 'ਤੇ ਲੱਗਿਆ ਹੋਇਆ, ਇਸ ਲਈ ਉਹਨਾਂ ਨੂੰ ਪਤਾ ਲੱਗ ਗਿਆ ਵੀ ਕੋਈ ਲੋੜ ਨਹੀਂ, ਉਹ ਆਪਣੇ ਆਪ ਹੀ ਘਰਾਂ 'ਚ ਬੈਠ ਗਏ। ਝਨੀਰ ਪੁਲਿਸ ਦੇ ਜੇ ਗੱਲ ਕਰੀਏ, ਕਿੱਥੇ ਕਿੱਥੇ ਨਾਕੇ ਲੱਗੇ ਹੋਏ ਨੇ? ਝਨੀਰ ਪੁਲਿਸ ਦਾ ਬੱਸ ਸਟੈਂਡ ਝਨੀਰ ਨਾਕਾ ਲੱਗਾ ਜੀ, ਦਾਨੇਵਾਲਾ ਮੋੜ 'ਤੇ ਲੱਗਾ ਜੀ, ਲੱਖ ਪਲਾਂਟ ਦਾਨੇਵਾਲਾ, 2 ਨਾਕੇ ਲੱਗੇ ਹੋਏ ਆ। ਬਾਕੀ ਸਾਡੀਆਂ 5 ਪੈਟਰੋਲਿੰਗਾਂ ਚੱਲ ਰਹੀਆਂ ਜੀ ਸਾਰੇ ਪਿੰਡਾਂ 24 ਪਿੰਡਾਂ 'ਚ। ਉੱਥੋਂ ਨਾਕਿਆਂ ਤੋਂ ਕਿਹੜੇ ਬੰਦਿਆਂ ਨੂੰ ਤੁਸੀਂ ਇਜਾਜ਼ਤ ਦੇ ਰਹੇ ਹੋ ਲੰਘਣ ਦੀ? ਅਸੀਂ ਉੱਥੋਂ ਜੀ, ਜਿਵੇਂ ਕੋਈ ਗੈਸ ਵਾਲੀਆਂ ਗੱਡੀਆਂ ਨੇ, ਕੋਈ ਸਬਜ਼ੀ ਵਾਲੀਆਂ ਗੱਡੀਆਂ ਨੇ, ਜਾਂ ਆਪਣੇ ਕਰਿਆਨੇ ਵਾਲੀਆਂ ਸਮਾਨ ਲੈ ਕੇ ਜਾ ਰਹੀਆਂ ਗੱਡੀਆਂ, ਉਹਨਾਂ ਨੂੰ ਇਜਾਜ਼ਤ ਹੈ। ਜਾਂ ਕੋਈ ਜੇ ਕੋਈ ਐਮਰਜੈਂਸੀ ਮਰੀਜ਼ ਹੈ ਕੋਈ ਜ਼ਿਆਦਾ, ਉਹਨੂੰ ਵੀ ਇਜਾਜ਼ਤ ਦੇ ਦਿੰਦੇ ਨੇ।
ਤੁਹਾਡੇ ਨਜ਼ਰੀਏ ਨਾਲ ਜੇ ਲੋਕ ਹੋਰ ਤਰ੍ਹਾਂ ਦਾ ਕੋਈ ਸਹਿਯੋਗ ਲੋਕਾਂ ਤੋਂ ਤੁਸੀਂ ਮੰਗਦੇ ਹੋ ਜਿਹੜਾ ਤੁਹਾਡੇ ਨਜ਼ਰ 'ਚ ਆਇਆ ਹੋਵੇ ਤਾਂ ਇਹਦੇ ਨਾਲ ਹੋਰ ਵੀ ਪੀਸਫੁੱਲ ਹੋ ਸਕਦਾ? ਲੋਕਾਂ ਦਾ ਸਹਿਯੋਗ ਸਾਨੂੰ ਕਲੱਬਾਂ ਦਾ ਅਤੇ ਗੁਰੂ ਘਰ ਕਮੇਟੀ ਜਿਵੇਂ ਝਨੀਰ ਦਾ ਬਾਬਾ ਧਿਆਨ ਦਾਸ ਕਮੇਟੀ ਝਨੀਰ, ਗ੍ਰਾਮ ਪੰਚਾਇਤ ਝਨੀਰ, ਗ੍ਰਾਮ ਪੰਚਾਇਤ ਫੱਤਾ ਮਾਲੋਕਾ, ਗ੍ਰਾਮ ਪੰਚਾਇਤ ਝੱਲੂਕੇ, ਗ੍ਰਾਮ ਪੰਚਾਇਤਾਂ ਸਾਰੀਆਂ ਹੀ ਅਤੇ ਕਲੱਬ ਸਾਨੂੰ ਸਹਿਯੋਗ ਦੇ ਰਹੇ ਨੇ। ਹੋਰ ਕੀ ਮੈਸੇਜ ਦਿਓਗੇ ਤੁਸੀਂ ਲੋਕਾਂ ਨੂੰ? ਮੈਂ ਤਾਂ ਇਹੀ ਮੈਸੇਜ ਦਿੰਦਾ ਵੀ ਜਿਸ ਤਰ੍ਹਾਂ ਤੁਸੀਂ ਹੁਣ ਸਾਡਾ ਸਹਿਯੋਗ ਦੇ ਰਹੇ ਹੋ, ਇਸ ਤੋਂ ਹੋਰ ਵੀ ਵੱਧ ਤੋਂ ਵੱਧ ਸਹਿਯੋਗ ਦਿਓ ਤਾਂ ਜੋ ਆਪਾਂ ਇਸ ਨਾਮ ਰਾਤ ਬਿਮਾਰੀ ਤੋਂ ਇਹਦਾ ਬਚ ਸਕੀਏ। ਮੁੱਖ ਮੰਤਰੀ ਨਾਮ? ਅੱਛਾ, ਕਿੰਨੇ ਦਿਨਾਂ ਤੋਂ ਇਹ ਜਿਹੜਾ ਕੋਰੋਨਾ ਵਾਇਰਸ ਦਾ ਚੱਲ ਰਿਹਾ ਅਤੇ ਪੁਲਿਸ ਇਹਦੇ ਵਿੱਚ ਤੁਹਾਡੇ ਇੱਕ ਮੁਨਸ਼ੀ ਹੋਣ ਦੇ ਨਾਂ 'ਤੇ ਥਾਣੇ ਦੀ ਮਾਂ ਕਿਹਾ ਗਿਆ ਮੁਨਸ਼ੀ ਨੂੰ, ਕਿਸ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਨੇ? ਇਹ ਜਿਹੜਾ 22 ਤਰੀਕ ਤੋਂ ਚੱਲ ਰਿਹਾ ਜੀ ਕਰਫਿਊ ਲੱਗਿਆ ਹੋਇਆ, ਅਤੇ ਅਸੀਂ ਪਬਲਿਕ ਨੂੰ ਜਿਹੜਾ ਇਕੱਠੇ ਹੋਣ ਤੋਂ ਰੋਕ ਰਹੇ ਹਾਂ। ਉਸ ਤਰ੍ਹਾਂ ਸਿਸਟਮ ਜਿਹੜਾ ਤਿਆਰ ਕੀਤਾ ਹੋਇਆ ਹੈਗਾ, ਵਲੰਟੀਅਰ ਲਾਏ ਹੋਏ ਵੀ ਪਿੰਡਾਂ ਦੇ ਵਿੱਚ ਰਾਸ਼ਨ ਵੰਡਣ, ਸਾਡੇ ਆਪਣੇ ਮੁਲਾਜ਼ਮ ਵੀ ਇੱਕ ਇੱਕ ਪਿੰਡ ਦੇ ਵਿੱਚ ਦੋ ਦੋ ਜਾਂ ਇੱਕ ਇੱਕ ਮੁਲਾਜ਼ਮ ਲਾਇਆ ਹੋਇਆ ਤਾਂ ਜੋ ਜਿਹੜੇ ਲੋੜਵੰਦਾਂ ਨੂੰ ਰਾਸ਼ਨ ਉੱਥੇ ਪਹੁੰਚਾਇਆ ਜਾਵੇ। ਅੱਜ ਦੀ ਘੜੀ ਪੁਲਿਸ ਕੋਰੋਨਾ ਵਾਇਰਸ ਵਾਲਿਆਂ 'ਤੇ ਲੱਗੀ ਹੋਈ ਹੈ ਕਿ ਹੋਰ ਪਿੰਡਾਂ 'ਚ ਦਰਖਾਸਤਾਂ ਆ ਰਹੀਆਂ ਕੋਈ ਲੜਾਈ ਝਗੜਿਆਂ ਦੀ ਜਾਂ ਕੋਈ ਇਸ ਤਰ੍ਹਾਂ ਦੀ? ਨਹੀਂ ਜੀ, ਅੱਜ ਦੀ ਘੜੀ ਦਾ ਜਿਹੜਾ ਕੋਰੋਨਾ ਵਾਇਰਸ ਵੀ ਚੱਲ ਰਿਹਾ, ਕੋਈ ਦਰਖਾਸਤ ਨਹੀਂ ਆ ਰਹੀ, ਲੋਕ ਘਰਾਂ 'ਚ ਆਪੋ ਆਪਣੇ ਘਰਾਂ ਬੈਠੇ ਗਏ, ਕੋਈ ਲੋਕ ਬਾਹਰ ਨਹੀਂ ਆ ਰਹੇ। ਤੁਸੀਂ ਇੱਕ ਮੁਨਸ਼ੀ ਹੋਣ ਦੇ ਨਾਂ 'ਤੇ ਪਬਲਿਕ ਤੁਹਾਨੂੰ ਹੋਰ ਕੀ ਸਹਿਯੋਗ ਦੀ ਮੰਗ ਕਰਦੇ ਹੋ ਤੁਸੀਂ? ਅਸੀਂ ਤਾਂ ਇਹੀ ਸਹਿਯੋਗ ਦੀ ਮੰਗ ਕਰਦੇ ਹਾਂ ਜੀ ਵੀ ਜਿਹੜੇ ਲੋਕ ਆ ਉਹ ਆਪੋ ਆਪਣੇ ਘਰੇ ਬੈਠਣ, ਅਤੇ ਜੇ ਕੋਈ ਉਹਨਾਂ ਨੂੰ ਲੋੜ ਹੈ ਤਾਂ ਅਸੀਂ ਵਲੰਟੀਅਰ ਲਾਏ ਹੋਏ ਆ, ਸਾਡੇ ਮੁਲਾਜ਼ਮ ਲੱਗੇ ਹੋਏ ਆ, ਉਹਨਾਂ ਤੱਕ ਰਾਸ਼ਨ ਜਿਹੜਾ ਉੱਥੋਂ ਪਹੁੰਚਦਾ ਕਰਾਂਗੇ। ਕੋਰੋਨਾ ਵਾਇਰਸ ਨੂੰ ਲੈ ਕੇ ਝਨੀਰ ਦੀ ਸਥਿਤੀ ਕਿਸ ਤਰ੍ਹਾਂ ਦੀ ਹੈ? ਫਿਲਹਾਲ ਝਨੀਰ ਦੀ ਸਥਿਤੀ ਬਹੁਤ ਸ਼ਾਂਤਮਈ ਢੰਗ ਨਾਲ ਚੱਲ ਰਹੀ ਹੈ ਜੀ, ਕੋਈ ਐਸੀ ਪ੍ਰੋਬਲਮ ਨਹੀਂ, ਲੋਕ ਵੀ ਪੂਰਾ ਪ੍ਰਸ਼ਾਸਨ ਦਾ ਸਾਥ ਦੇ ਰਹੇ ਨੇ। ਅਸੀਂ ਜੋ ਹੁਣ ਸੈਨੇਟਾਈਜ਼ਰ ਦਾ ਕੰਮ ਚਲਾ ਰਹੇ ਹਾਂ ਜੀ, ਇਹ ਅਸੀਂ ਇੱਥੇ ਪੰਚਾਇਤ ਨੂੰ ਬੁਲਾ ਕੇ ਉਹ ਪ੍ਰੋਵਾਈਡ ਕਰ ਰਹੇ ਹਾਂ ਤਾਂ ਕਿ ਵੀ ਇੱਥੇ ਜ਼ਿਆਦਾ ਰਸ਼ ਨਾ ਪਵੇ, ਅਤੇ ਇਸ ਲਈ ਸਰਕਾਰ ਵੱਲੋਂ ਅਤੇ ਸਾਰੇ ਵਿਭਾਗਾਂ ਵੱਲੋਂ ਪ੍ਰਸ਼ਾਸਨ ਵੱਲੋਂ ਬਹੁਤ ਹੀ ਜ਼ਿਆਦਾ ਇਸ ਪ੍ਰਭਾਵ ਨੂੰ ਰੋਕਣ ਲਈ ਉਪਰਾਲੇ ਕੀਤੇ ਜਾ ਰਹੇ ਨੇ। ਇਹ ਜਿਹੜਾ ਕਿੰਨੀਆਂ ਕੁ ਪੰਚਾਇਤਾਂ ਹੈਗੀਆਂ ਜਿਹਨਾਂ ਨੂੰ ਤੁਸੀਂ ਦੇ ਰਹੇ ਹੋ? ਇਹ 42 ਪੰਚਾਇਤਾਂ ਨੇ ਬਲੋਕ ਝਨੀਰ ਦੀਆਂ ਜੀ, ਉਹਦੇ ਵਿੱਚੋਂ ਅਸੀਂ ਸੱਤ ਪੰਚਾਇਤਾਂ ਨੂੰ ਬੁਲਾਇਆ ਤਾਂ ਕਿ ਜ਼ਿਆਦਾ ਰਸ਼ ਨਾ ਪਵੇ, ਇਸ ਲਈ ਇਹਨਾਂ ਨੂੰ ਅਸੀਂ ਵੱਧ ਘੱਟ ਤੋਂ ਘੱਟ ਰਾਸ਼ਨ ਨੂੰ ਦੇਖਦੇ ਹੋਏ ਪ੍ਰੋਵਾਈਡ ਕਰਾ ਰਹੇ ਹਾਂ ਜੀ। ਕਿੰਨਾ ਇੱਕ ਪੰਚਾਇਤ ਨੂੰ ਕਿੰਨਾ ਦੇ ਰਹੇ ਹੋ, ਕਿੰਨੇ ਲੀਟਰ ਦੇ ਰਹੇ? ਇਹ ਅਸੀਂ ਆਬਾਦੀ ਦੇ ਹਿਸਾਬ ਨਾਲ ਦੇ ਰਹੇ ਹਾਂ ਜੀ, ਜਿੱਥੇ ਕੋਈ ਆਬਾਦੀ ਜ਼ਿਆਦਾ ਗਈ ਪੰਚਾਇਤ ਦੀ ਉਸਨੂੰ ਉਸ ਹਿਸਾਬ ਨਾਲ ਦੇ ਰਹੇ ਹਾਂ, ਜਿੱਥੇ ਕੋਈ ਆਬਾਦੀ ਘੱਟ ਉਸ ਹਿਸਾਬ ਨਾਲ ਦੇ ਰਹੇ ਹਾਂ। ਇਹ ਛਿੜਕਾਓ ਫਿਰ ਇਹਦਾ ਕੋਈ ਵੱਖਰੇ ਤੌਰ ਤੇ ਵਲੰਟੀਅਰ ਆ ਜਾਂ ਪਿੰਡ ਦੇ ਲੋਕ ਸਰਪੰਚ ਆਪ ਦੇ ਹਿਸਾਬ ਨਾਲ ਛਿੜਕਾਓ ਕਰਨ? ਪੰਚਾਇਤ ਸੈਕਟਰੀ, ਸਰਪੰਚ ਔਰ GOG ਦੀ ਡਿਊਟੀ ਲਾਈ ਹੋਈ ਹੈ ਜੀ, ਅਸੀਂ ਇਹੀ ਸਰਕਾਰ ਕਰਨੀ ਹੈ ਪਿੰਡਾਂ। ਇੱਕ ਤੁਸੀਂ ਇੱਥੋਂ ਪੂਰੇ 42 ਪਿੰਡਾਂ ਨੂੰ ਦੇਖਦੇ ਹੋ, ਲੋਕਾਂ 'ਚ ਕਿੰਨੀ ਕੁ ਅਵੇਅਰਨੈਸ ਦੀ ਕਮੀ ਹੈ ਅਤੇ ਕਿੰਨੇ ਕੁ ਲੋਕ ਜਿਹੜਾ ਪਿਛਲੇ ਕੁਛ ਦਿਨਾਂ ਤੋਂ ਜੋ ਕਰਫਿਊ ਦੀ ਸਥਿਤੀ ਹੈ ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਨੂੰ? ਦੇਖੋ ਜੀ, ਵੈਸੇ ਜਦੋਂ ਕਰਫਿਊ ਲਾਗੂ ਹੋਇਆ ਉੱਥੋਂ ਦਿਨ ਦੀ, ਮਤਲਬ ਕਿ ਬਲੋਕ ਝਨੀਰ ਦੀ ਗੱਲ ਕਰ ਰਿਹਾ ਮੈਂ, ਅਵੇਅਰਨੈਸ ਲੋਕਾਂ 'ਚ ਹੈ, ਡਰ ਵੀ ਬਣਿਆ ਹੋਇਆ ਹੈ ਇਸ ਬਿਮਾਰੀ ਤੋਂ, ਅਤੇ ਜਿਹੜਾ ਹੈਗਾ ਵੀ ਬਹੁਤ ਠੀਕ ਚੱਲ ਰਿਹਾ ਬਲੋਕ ਦਾ ਜੀ। ਤੁਹਾਡੇ ਕੋਲ ਹੋਰ ਕਿਸ ਤਰ੍ਹਾਂ ਦੀ ਲੋਕਾਂ ਦੀ ਡਿਮਾਂਡ ਆ ਰਹੀ ਹੈ ਜੀ? ਇਸ ਤਰ੍ਹਾਂ ਕੋਈ ਪਰੇਸ਼ਾਨ ਹੁੰਦਾ ਹੋਵੇ ਲੋਕ ਜਾਂ ਮਤਲਬ ਜ਼ਿਆਦਾ ਕਹਿ ਰਹੇ ਵੀ ਠੀਕ ਆ, ਇਸ ਤਰ੍ਹਾਂ ਕੋਈ ਇਸ ਤਰ੍ਹਾਂ ਡਿਮਾਂਡ? ਪਹਿਲੇ ਆ ਰਹੀ ਸੀ ਵੀ ਰਾਸ਼ਨ ਨਹੀਂ ਮੁਹੱਈਆ ਹੋ ਰਿਹਾ ਲੋਕਾਂ ਨੂੰ, ਉਹ ਕੱਲ੍ਹ ਸਾਡੇ ਲਈ ਸਰਕਾਰ ਦਾ ਲੈਟਰ ਆ ਗਿਆ ਜੀ, ਪਰ ਪੰਚਾਇਤ ਪਰ ਦਿਨ 5000 ਰੁਪਈਆ, ਵੱਧ ਤੋਂ ਵੱਧ 50000 ਰੁਪਈਆ ਰਾਸ਼ਨ ਮੁਹੱਈਆ ਕਰਾਉਣ ਲਈ ਯਤਨ ਵੱਧ ਹੋ ਗਈ। ਜੀ ਉਹ ਫਿਰ ਸਰਕਾਰ ਵੱਲੋਂ ਆਊ ਜਾਂ ਪੰਚਾਇਤ ਕੋਲੋਂ ਫੰਡਾਂ 'ਚੋਂ ਵਰਤੋਂ ਹੋਊਗੀ? ਉਸ ਪੰਚਾਇਤ ਫੰਡ ਵਿੱਚੋਂ ਸਰਕਾਰ ਨੇ ਇੱਕ ਵਾਰ ਹੁਕਮ ਦਿੱਤੇ ਆ
ਤੇ ਜਿਹੜਾ ਇਹ ਖਰਚਾ ਸਾਰਾ ਪੰਚਾਇਤ ਫੰਡ ਵਿੱਚੋਂ ਕਰਨਾ ਜੀ। ਨਹੀਂ ਜੇ ਮੰਨ ਲਓ ਪੰਚਾਇਤ ਕੋਲ ਫੰਡ ਹੀ ਹੈ ਨਹੀਂ, ਉਹਦਾ ਕਿਸ ਤਰ੍ਹਾਂ ਹੋਊਗਾ? ਜਿਸ ਪੰਚਾਇਤ ਕੋਲ ਫੰਡ ਨਹੀਂ ਹੈ ਉਹ ਅਸੀਂ ਸਰਕਾਰ ਨੂੰ ਅੱਗੇ ਲਿਖਾਂਗੇ ਜੀ ਵੀ ਤਾਂ ਜੋ ਉਹਨਾਂ ਜਿਹੜੇ ਗਰੀਬ ਪਰਿਵਾਰਾਂ ਲਈ ਪਰਿਵਾਰਾਂ ਤੱਕ ਰਾਸ਼ਨ ਪਹੁੰਚ ਸਕੇ ਉਹ ਅਸੀਂ ਸਰਕਾਰ ਤੋਂ ਉਪਰਾਲੇ ਕਰਾਂਗੇ। ਪਾਲਾ ਰਾਮ ਜੀ। ਪਾਲਾ ਰਾਮ, ਹਾਂਜੀ, ਕਾਹਦਾ ਕੰਮ ਕਰਦੇ ਹੋ? ਕਰਿਆਨੇ ਦਾ ਕੰਮ ਕਰਦੇ ਜੀ। ਅੱਛਾ, ਤੁਹਾਨੂੰ ਜਿਹੜਾ ਕੋਰੋਨਾ ਵਾਇਰਸ ਦੀ ਨਾਮਰਾਦ ਬਿਮਾਰੀ ਜਾਂ ਫੈਲ ਰਹੀ ਹੈ, ਹਾਂਜੀ ਸਰ, ਇਹਦੇ ਬਾਰੇ ਕੀ ਮੁਸ਼ਕਲ ਆ ਰਹੀ ਹੈ? ਇਹਦੇ ਵਾਸਤੇ ਮੁਸ਼ਕਲ ਤਾਂ ਸਾਰੀ ਦੁਨੀਆ 'ਤੇ ਹੀ ਹੈ ਜੀ, ਬਹੁਤ ਖਤਰਨਾਕ ਬਿਮਾਰੀ ਹੈ, ਪਰ ਅਸੀਂ ਤਾਂ ਇਹਦੇ ਵਿੱਚ ਸਰਕਾਰ ਦਾ, ਪ੍ਰਸ਼ਾਸਨ ਦਾ ਅਤੇ ਸਿਹਤ ਵਿਭਾਗ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਸਾਨੂੰ ਸਹਿਯੋਗ ਕਰਨਾ ਚਾਹੀਦਾ ਇਹਨਾਂ ਦਾ, ਨਾ ਕਿ ਸਾਨੂੰ ਇਹਨਾਂ ਦੇ ਕੋਈ ਟੀਕਾ ਟਿੱਪਣੀ। ਸਿਹਤ ਵਿਭਾਗ ਦੇ, ਤੁਹਾਡਾ ਪਿੰਡ ਝਨੀਰ ਹੈ, ਸਿਹਤ ਵਿਭਾਗ ਦੇ ਜਿਹੜੇ ਮੁਲਾਜ਼ਮ ਨੇ ਉਹ ਕੀ ਕਰ ਰਹੇ ਨੇ ਪਿੰਡਾਂ 'ਚ? ਉਹ ਆਪਣੀ ਡਿਊਟੀ ਵਧੀਆ ਪੂਰਨ ਤਰੀਕੇ ਨਾਲ ਨਿਭਾ ਰਹੇ ਆ ਜੀ। ਹਾਂ, ਅੱਛਾ, ਤੁਸੀਂ ਕਰਿਆਨੇ ਦੀ ਦੁਕਾਨ ਆ ਤੁਹਾਡੀ, ਕਰਿਆਨਿਆਂ ਦਾ ਜਿਹੜਾ ਪ੍ਰਸ਼ਾਸਨ ਨੂੰ ਕਿਹੋ ਜਿਹਾ ਇੰਤਜ਼ਾਮ ਕਰਨਾ ਚਾਹੀਦਾ ਜਿਹੜੇ ਲੋਕਾਂ ਨੂੰ ਤੁਹਾਡੇ ਮੁਤਾਬਕ ਕੋਈ ਲੋਕ ਤੁਹਾਡੇ ਨਾਲ ਡੀਲ ਰੱਖਦੇ ਨੇ ਸੌਦਾ ਲੈਣ ਆਉਂਦੇ ਨੇ? ਸਾਡਾ ਜਿਹੜਾ ਸਾਡੇ ਸਾਹਿਬ ਨੇ ਸਾਨੂੰ ਇੱਕ ਸਾਡੇ ਏਰੀਆ ਮੁਤਾਬਕ ਬਣਾਇਆ, ਉਹ ਬਹੁਤ ਅੱਛਾ ਸਿਸਟਮ ਬਣਾਇਆ, ਕੁਝ ਕੁ ਵਲੰਟੀਅਰ ਬਣਾਇਆ ਉਹ ਵੀ ਲਿਆਉਂਦੇ ਆ, ਕੁਝ ਕੁ ਗ੍ਰਾਹਕ ਆ ਜੇ ਕੋਈ ਆਪਣੇ ਆਪ ਆਉਂਦਾ ਉਹਨੂੰ ਅਸੀਂ 1-1 ਮੀਟਰ ਦੀ ਦੂਰੀ 'ਤੇ ਖੜਾ ਕੇ ਅਤੇ ਆਪਣੇ ਹਿਸਾਬ ਨਾਲ ਕੰਟਰੋਲ ਕਰਕੇ ਦਿੰਦੇ। ਤੁਸੀਂ ਆਪਣੇ ਤੌਰ 'ਤੇ ਇੱਕ ਦੁਕਾਨਦਾਰ ਹੋ ਅਤੇ ਨਾ 'ਤੇ ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ ਕੀ ਸਹਿਯੋਗ ਦਿਓਗੇ ਵੀ ਇਸ ਤਰ੍ਹਾਂ ਹੋਵੇ ਤਾਂ ਪਬਲਿਕ ਹੋਰ ਵੀ ਸੌਖਾ ਹੋ ਸਕਦਾ? ਨਹੀਂ, ਜੇ ਇਸ ਤਰ੍ਹਾਂ ਸਖਤਾਈ ਹੋਊਗੀ ਅਤੇ ਪ੍ਰਸ਼ਾਸਨ ਨੂੰ ਅਸੀਂ ਸਹਿਯੋਗ ਦੇਵਾਂਗੇ ਤਾਂ ਇਹ ਵਾਇਰਸ ਨੂੰ ਦੂਰ ਕਰ ਸਕਦੇ ਹਾਂ। ਜੇ ਅਸੀਂ ਪ੍ਰਸ਼ਾਸਨ 'ਤੇ ਕਿੰਤੂ ਪਰੰਤੂ ਕਰਾਂਗੇ ਅਤੇ ਸਾਨੂੰ ਢਿੱਲ ਮਿਲ ਗਈ ਤਾਂ ਵਾਇਰਸ ਨੂੰ ਦੂਰ ਭਜਾਉਣ ਤਾਂ ਮੁਸ਼ਕਲ ਆ ਜਾਊਗੀ। ਝਨੀਰ 'ਚ ਜਿਹੜੀ ਚੀਨੀ ਆ ਉਹ ਕੀ ਰੇਟ ਵਿਕ ਰਹੀ ਹੈ? ਉਹ ਲਗਭਗ 2000 ਰੁਪਏ ਕੱਟੇ ਵਿਕ ਰਿਹਾ ਕਿਲੋ ਦੀ ਗੱਲ ਕਰੀਏ, 40 ਰੁਪਏ ਕਿਲੋ। ਤੇ ਗੁੜ ਜੀ? ਗੁੜ ਤਾਂ ਡਰਾਈ ਹੋ ਗਿਆ ਜੀ, 40 ਵੀ ਨਹੀਂ ਮਿਲ ਰਿਹਾ ਹੁਣ ਜੀ। ਤੇ ਦਾਲਾਂ ਅੱਜ ਮੰਡੀ 'ਚ 130 ਰੁਪਏ ਕਿਲੋ ਬੋਲ ਰਹੇ ਆ, ਪਰ ਇੱਥੇ ਸਟੋਕ ਖਤਮ ਹੈ, ਜੇ ਕੋਈ ਆਇਆ ਜਿਵੇਂ ਆਈ ਉਵੇਂ ਜ਼ਿਕਰ ਦੇ ਜਾਣਗੇ, ਦੁਕਾਨਦਾਰ ਨੋ ਲਾਸ ਨੋ ਪ੍ਰੋਫਿਟ ਦੇ ਦੇ ਰਹੇ ਨੇ। ਰਸੋਈ ਦੇ ਵਰਤਨ ਲਈ ਕਿਹੜੀ ਚੀਜ਼ ਦੀ ਜਿਹੜੀ ਮੁਸ਼ਕਲ ਆ ਸਕਦੀ ਆਪਾਂ ਨੂੰ? ਚੀਨੀ ਅਤੇ ਥੋੜ੍ਹਾ ਜਿਹਾ ਹਲਦੀ ਮਿਰਚ ਦਾ ਵੀ ਹੈ, ਉਹਦਾ ਕੰਟਰੋਲ ਕੀਤਾ, ਜ਼ਿਆਦਾ ਤਾਂ ਚੀਨੀ ਹੈ ਅਤੇ ਇੱਕ ਆਟਾ, ਚੀਨੀ ਆਟਾ ਇਹਦੀ ਖਪਤ ਜ਼ਿਆਦਾ ਹੈ ਜੀ। ਆਟੇ ਵਾਸਤੇ ਵੀ ਅੱਜ ਪ੍ਰਸ਼ਾਸਨ ਨੇ 1-2 ਚੱਕੀਆਂ ਖਿਲਾਈਆਂ ਨੇ, ਉਹਦੇ ਵਿੱਚੋਂ ਜੇ ਕਣਕ ਪਿੰਡਾਂ 'ਚੋਂ ਆ ਗਈ ਕਿਤੋਂ ਤਾਂ ਉਹਦਾ ਇੰਤਜ਼ਾਮ ਹੋ ਜੂਗਾ। ਚੀਨੀ ਬਾਰੇ ਅਸੀਂ ਹੁਣ ਅੱਜ ਸਾਨੂੰ ਅਸੀਂ 50 ਕੱਟੇ ਸਾਨੂੰ ਪਤਾ ਲੱਗਿਆ ਵੀ ਤੁਹਾਨੂੰ ਦੇ ਦਿੰਦੇ ਹਾਂ, ਉਹ ਅਸੀਂ ਅੱਜ ਸਾਡੇ ਸਾਹਿਬ ਕਹਿੰਦੇ ਤੁਹਾਨੂੰ ਪਾਸ ਬਣਾ ਕੇ ਦਿੰਦੇ ਹਾਂ, ਦੋ ਜਾਣੇ ਜਾ ਕੇ ਲੈ। ਪੰਚਾਇਤ ਕੋਈ ਆਪਣੇ ਲੈਵਲ ਤੇ ਰਾਸ਼ਨ ਪਾਣੀ ਦਾ ਕਰ ਰਹੀ ਹੈ ਕੋਈ? ਹਾਂ, ਵੈਸੇ ਮੈਨੂੰ ਉਹਦੇ ਬਾਰੇ ਜ਼ਿਆਦਾ ਜਾਣਕਾਰੀ ਹੈ ਨਹੀਂ, ਪਰ ਕੁਛ ਨਾ ਕੁਛ ਕਰ ਰਹੀ ਹੈ। ਇਹ 'ਚ ਮੈਡੀਕਲ ਸੇਵਾਵਾਂ ਚਾਲੂ ਹੈ ਜੀ? ਹਾਂਜੀ ਹਾਂਜੀ, ਸੇਵਾਵਾਂ ਚਾਲੂ ਆ ਜੀ। ਕੀ ਟਾਈਮ ਤੋਂ ਕੀ ਟਾਈਮ ਤੱਕ ਜਿਹੜੇ ਮੈਡੀਕਲ ਸਟੋਰ? ਡੀਸੀ ਸਾਹਿਬ ਵੱਲੋਂ ਹੁਕਮ ਹੋਇਆ ਜੀ, ਸਵੇਰੇ 10 ਵਜੇ ਤੋਂ ਲੱਗ ਕੇ 2 ਵਜੇ ਤੱਕ ਜਿਹੜੀਆਂ ਸੇਵਾਵਾਂ ਨੇ ਸਾਰੀਆਂ ਚਾਲੂ ਨੇ। ਅਤੇ ਕੋਈ ਵੀ ਜੇ ਕਿਸੇ ਨੂੰ ਲੋੜ ਹੈ ਪਰਿਵਾਰ ਦਾ, ਇੱਕ ਮੈਂਬਰ ਆਧਾਰ ਕਾਰਡ ਲੈ ਕੇ ਅਤੇ ਮੈਡੀਸਨ ਇੱਥੋਂ ਜ਼ਰੂਰਤ ਹੈ ਜਿਹੜੀ ਉਹਨੂੰ ਮਾਲ ਪਰਚੀ ਲਿਆ ਕੇ ਲਿਆ। ਲੋਕ ਕਹਿੰਦੇ ਹੋਣਗੇ ਜਾਂ ਕੋਈ ਦੱਸਦੇ ਹੋਣਗੇ ਜਿਹੜੀ ਮੈਡੀ ਸੇਵਾਵਾਂ ਜਾਂ ਫੁੱਲ ਟਾਈਮ ਖੁੱਲ੍ਹੀਆਂ ਹੋਣੀਆਂ ਚਾਹੀਦੀਆਂ ਜਾਂ ਕੋਈ ਇਸ ਤਰ੍ਹਾਂ ਦੀ ਕੋਈ? ਪਹਿਲਾਂ ਇਹ ਸਮੱਸਿਆ ਆਈ ਸੀ, ਹੁਣ ਲੋਕਾਂ ਨੂੰ ਅਵੇਅਰਨੈਸ ਹੋ ਗਈ ਜੀ, ਹੁਣ ਕੋਈ ਪ੍ਰੋਬਲਮ ਨਹੀਂ, ਟਾਈਮ ਦੇ ਤਾ ਲੋਕਾਂ ਨੂੰ ਪਤਾ ਲੱਗਿਆ ਵੀ 2 ਵਜੇ ਤੋਂ 10 ਵਜੇ ਤੋਂ 2 ਵਜੇ ਤੱਕ ਜਿਹੜੇ ਮੈਡੀਕਲ ਸਟੋਰ ਖੁੱਲ੍ਹੇ ਆ ਉਹ ਆ ਕੇ ਦਵਾਈਆਂ ਲੈ ਜਾਂਦੇ ਨੇ। ਜੀ, ਫਿਰ ਤੁਸੀਂ ਮੁਸ਼ਕਲ ਨੂੰ ਲੈ ਕੇ ਤੁਸੀਂ ਫਿਰ ਉਸੇ ਟਾਈਮ ਆਉਂਦੇ ਹੋ ਜਾਂ ਕਿਸ ਟਾਈਮ ਚਲੇ ਜਾਂਦੇ ਹੋ ਫਿਰ? ਜੀ, ਅਸੀਂ ਮਤਲਬ ਕਿ ਸਮਝ ਲਓ 10 ਵਜੇ ਇੱਥੇ ਆਉਂਦੇ ਹਾਂ, ਦੁਕਾਨ ਓਪਨ ਕਰਦੇ ਹਾਂ ਆਪਦੀ ਅਤੇ 2 ਵਜੇ ਦੁਕਾਨ ਨੂੰ ਲੌਕ ਕਰ ਜਾਂਦੇ ਹਾਂ, ਜਿਵੇਂ 1 ਹੋ ਗਿਆ 2 ਵਜੇ ਅਸੀਂ ਚਲੇ ਜਾਵਾਂਗੇ। ਕੁਛ ਇਸ ਏਰੀਏ 'ਚ ਕੋਈ ਤੁਹਾਡੀ ਨਜ਼ਰ 'ਚ ਜਾਂ ਕੋਈ ਬੰਦਾ ਪਿੰਡਾਂ 'ਚੋਂ ਪੰਚਾਇਤ ਜਾਂ ਕੋਈ ਦੱਸਦਾ ਹੋਵੇ ਇਸ ਤਰ੍ਹਾਂ ਦੇ ਲੱਛਣ ਜਾਂ ਲੋਕ ਲੁਕੇ ਹੋਏ ਨੇ ਜਾਂ ਕੋਈ ਮੈਡੀਕਲ ਸੇਵਾਵਾਂ ਨਹੀਂ ਮਿਲ ਰਹੀਆਂ ਜਾਂ ਉਹਨਾਂ ਨੂੰ ਇਸ ਤਰ੍ਹਾਂ ਦੀ ਗੱਲ ਹੈ?
ਨਹੀਂ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ, ਜਿਹੜਾ ਪ੍ਰਸ਼ਾਸਨ ਹੈ ਉਹ ਆਪਦੀ ਤਨਦੇਹੀ ਨਾਲ ਸੇਵਾ ਨਿਭਾ ਰਿਹਾ, ਲੱਗਿਆ ਹੋਇਆ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ, ਅਤੇ ਲੋਕ ਜਾਗਰੂਕ ਹੁੰਦੇ ਹੋ ਰਹੇ ਨੇ, ਜਿਹਨੂੰ ਕੋਈ ਲੋੜ ਪੈਂਦੀ ਹੈ ਉਹ ਅਗਲਾ ਕਾਲ ਕਰ ਲੈਂਦਾ, ਪ੍ਰਸ਼ਾਸਨ ਨੇ ਨੰਬਰ ਦਿੱਤੇ ਹੋਏ ਆ, ਮੈਡੀਕਲ ਅਫਸਰਾਂ ਦਿੱਤੇ ਹੋਏ ਆ, ਸਾਰੀਆਂ ਸੇਵਾਵਾਂ ਸਨ। ਤੁਸੀਂ ਇੱਕ ਮੈਡੀਕਲ ਸਟੋਰ ਆ ਤੁਹਾਡਾ, ਤੁਸੀਂ ਪਬਲਿਕ ਨੂੰ ਕੀ ਸੰਦੇਸ਼ ਦਿਓਗੇ ਜਿਹੜੇ ਲੋਕ ਹੋਰ ਵੀ ਇਹਦੇ ਨਾਲ ਅਵੇਅਰ ਹੋਣ? ਦੇਖੋ ਜੀ, ਕਰੋਨਾ ਨੋਵਲ ਕਰੋਨਾ ਦੀ ਜਿਹੜੀ ਬਿਮਾਰੀ ਆ ਉਹ ਭਿਆਨਕ ਬਿਮਾਰੀ ਹੈ, ਇਹਦਾ ਸਾਵਧਾਨੀ ਹੀ ਇਲਾਜ ਆ ਜੀ, ਸਾਵਧਾਨੀ ਵਰਤਣੀ ਚਾਹੀਦੀ ਹੈ, ਬਚਾਓ ਕਰੋ, ਜਿਹੜੇ ਪ੍ਰਸ਼ਾਸਨ ਦੀਆਂ ਗਾਈਡਲਾਈਨਾਂ ਨੇ ਉਹਨਾਂ ਨੂੰ ਫੋਲੋ ਕਰੋ, ਇਕੱਠੇ ਭੀੜ 'ਚ ਨਾ ਹੋ, ਠੀਕ ਹੈ ਜੀ, ਜਿਹੜਾ ਹੱਥ ਆਪਦੇ ਸਾਫ਼ ਕਰੋ, ਸਾਫ਼ ਸੁਥਰੇ ਰਹੋ, ਇੱਧਰ ਉੱਧਰ ਜਾਣ ਦੀ ਜਿਹੜੀ ਕੋਸ਼ਿਸ਼ ਆ ਉਹ ਘੱਟ ਕਰੋ, ਲੋੜ ਮੁਤਾਬਕ ਹੀ ਘਰੋਂ ਨਿਕਲੋ, ਨਹੀਂ ਕੋਈ ਲੋੜ ਨਹੀਂ, ਘਰੇ ਰਹੋ ਜਿੰਨਾ ਚਿਰ ਕਰਫਿਊ ਲੱਗਿਆ ਸਰਕਾਰ ਦੁਆਰਾ ਲਾਇਆ ਗਿਆ। ਸਾਹਿਬ, ਕਰੋਨਾ ਵਾਇਰਸ ਨੂੰ ਲੈ ਕੇ ਜੇ ਝਨੀਰ ਦੀ ਗੱਲ ਕਰੀਏ, ਕਿਹੋ ਜਿਹੀ ਸਥਿਤੀ ਲੱਗ ਰਹੀ ਹੈ ਤੁਹਾਨੂੰ? ਸਥਿਤੀ ਇਹ ਹੈ ਜੀ ਵੀ ਸਾਡੀ ਸਰਕਾਰ ਵੱਲੋਂ ਵੀ, ਪੰਜਾਬ ਸਰਕਾਰ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ, ਅਪੀਲਾਂ ਕੀਤੀਆਂ ਜਾ ਰਹੀਆਂ, ਪੰਚਾਇਤਾਂ ਵੱਲੋਂ ਵੀ, ਹੋਰ ਸਾਰੇ ਸਮੁੱਚੇ ਪ੍ਰਸ਼ਾਸਨ ਵੱਲੋਂ, ਸਾਰੀ ਲੀਡਰਸ਼ਿਪ ਵੱਲੋਂ, ਪਰ ਲੋਕ ਸਮਝ ਨਹੀਂ ਆਉਂਦੀ ਵੀ ਘਰਾਂ ਤੋਂ ਬਾਹਰ ਕਿਉਂ ਭੱਜਣ ਦੀ ਕੋਸ਼ਿਸ਼ ਕਰਦੇ ਨੇ, ਜਦੋਂ ਕਿ ਸਰਕਾਰ ਆਪਣੇ ਵਾਸਤੇ ਇੰਨਾ ਕੁਛ ਕਰ ਰਹੀ ਹੈ, ਇੰਨੀ ਵੱਡੀ ਮਸ਼ੀਨਰੀ ਆਪਣੇ ਵਾਸਤੇ ਉਹਨਾਂ ਨੇ ਪਿੰਡਾਂ ਦੇ ਵਿੱਚ ਝੋਕੀ ਹੋਈ ਹੈ, ਪਰ ਆਪਣਾ ਸਰਕਾਰ ਦੀ ਗੱਲ ਇਹ ਲੋਕ ਨਹੀਂ ਮੰਨਦੇ। ਸੋ ਮੇਰੀ ਦੁਬਾਰੇ ਵੀ ਲੋਕਾਂ ਨੂੰ ਵੀ ਇਹੀ ਅਪੀਲ ਹੈ, ਬੇਨਤੀ ਹੈ ਕਿ ਜਿੱਥੋਂ ਤੱਕ ਆਪਾਂ ਨੂੰ ਸਮਾਂ ਦਿੱਤਾ, ਆਪਾਂ ਘਰਾਂ ਅੰਦਰ ਰਹਿ ਕੇ ਇਹਨੂੰ ਗੁਜ਼ਾਰੀਏ। ਮੇਰੀ ਇਹੀ ਕੋਸ਼ਿਸ਼ ਹੈ, ਬਹੁਤ ਵੱਡਾ ਮੈਂ ਸਮਝਦਾ ਪੰਜਾਬ ਦੇ ਉੱਤੇ ਇਹ ਭਾਰ ਹੈ, ਰਲ ਮਿਲ ਕੇ ਆਪਾਂ ਇਹਨੂੰ ਦੂਰ ਕਰਨ ਦੀ ਕੋਸ਼ਿਸ਼ ਕਰੀਏ। ਤੁਸੀਂ ਜ਼ਿਲ੍ਹਾ ਬਲਾਕ ਸਮਿਤੀ ਦੇ ਚੇਅਰਮੈਨ ਹੋ, ਪਿੰਡਾਂ 'ਚ ਲੋਕ ਕਿਸ ਤਰ੍ਹਾਂ ਦੀ ਜਿਹੜਾ ਹੈ ਮੁਸ਼ਕਿਲ ਨੂੰ ਮਹਿਸੂਸ ਕਰ ਰਹੇ ਨੇ? ਕੋਈ ਰਾਸ਼ਨ ਪਾਣੀ ਕਰਨੀ ਹੋ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਮੁਸ਼ਕਿਲ ਤੁਹਾਡੇ ਸਾਹਮਣੇ ਹੈ ਜੀ? ਦੇਖੋ, ਜਿਹੜੇ ਨਿੱਤ ਦੇ ਕਮਾਉਣ ਵਾਲੇ ਬੰਦੇ ਨੇ ਨਾ, ਉਹ ਖਾਸ ਕਰਕੇ ਮੈਂ ਸਮਝਦਾ ਵੀ ਪਿੰਡਾਂ ਦੇ ਵਿੱਚ ਇਹ ਭਾਈਚਾਰਾ ਹੈਗਾ, ਪਿੰਡਾਂ ਦੇ ਵਿੱਚ ਕੋਈ ਲੋਕਾਂ ਨੂੰ ਇੰਨੀ ਮੁਸ਼ਕਿਲ ਨਹੀਂ ਆਉਂਦੀ, ਜਿਵੇਂ ਕਿ ਕਿਸੇ ਚੀਜ਼ ਨੂੰ ਜੇ ਅਸੀਂ ਪਿੰਡਾਂ ਦੇ ਵਿੱਚ ਰਹਿੰਦੇ ਹਾਂ, ਕਿਸੇ ਚੀਜ਼ ਦੀ ਕੋਈ ਸਮੱਸਿਆ ਅਸੀਂ ਪਿੰਡ ਵਾਲਿਆਂ ਨੂੰ ਨਹੀਂ ਆਉਣ ਦਿੰਦੇ, ਕਿਉਂਕਿ ਆਟੇ ਦੀ ਲੋੜ ਹੈ, ਦਾਲ ਦੀ ਲੋੜ ਹੈ, ਕਿਸੇ ਨੂੰ ਦਵਾਈ ਦੀ ਲੋੜ ਹੈ, ਅਸੀਂ ਖੁਦ ਲੈ ਕੇ ਨਾਲ ਜਾ ਕੇ ਉਹਨੂੰ ਕਰਾ ਕੇ ਲਿਆਉਂਦਾ, ਪਿੰਡਾਂ ਦੇ ਵਿੱਚ ਬਿਲਕੁਲ ਵੀ ਅਸੀਂ ਨੁਕਸਾਨ ਨਹੀਂ ਹੋਣ ਦਿੰਦੇ। ਸੋ ਮੇਰੀ ਸਾਰੀ ਪੰਚਾਇਤਾਂ ਨੂੰ ਵੀ ਇਹੀ ਅਪੀਲ ਹੈ ਵੀ ਜੇ ਕੋਈ ਭੈਣ ਭਰਾ ਗਰੀਬ ਹੈ, ਕੋਈ ਭੁੱਖਾ ਧਿਆ ਬੈਠਾ, ਉਹਦੀ ਮਦਦ ਕਰੋ, ਇਹੀ ਔਖਾ ਵੇਲਾ, ਪਰ ਮਿਲ ਕੇ ਕੱਢੋ ਸਾਰੇ। ਪਿੰਡਾਂ 'ਚ ਆਪਾਂ ਭਾਈਚਾਰਕ ਸਮਝ ਅਤੇ ਆਪਣੇ ਸਾਂਝੇ ਧਾਰਮਿਕ ਸਥਾਨ ਬਣੇ ਹੋਏ ਨੇ ਜਿਵੇਂ ਗੁਰਦੁਆਰਾ ਸਾਹਿਬ ਬਣੇ, ਕੀ ਤੁਹਾਡਾ ਲੱਗਦਾ ਵੀ ਉਹਨਾਂ ਨੂੰ ਕੋਈ ਉਪਰਾਲਾ ਕਰਨਾ ਚਾਹੀਦਾ? ਬਿਲਕੁਲ ਕਰਨਾ ਚਾਹੀਦਾ ਜੀ, ਮੈਂ ਸਮਝਦਾ ਵੀ ਇਹ ਧਾਰਮਿਕ ਸਥਾਨ ਗਰੀਬ ਲੋਕਾਂ ਦੀ ਮਦਦ ਵਾਸਤੇ ਹੀ ਹੁੰਦੇ ਨੇ, ਸੋ ਉੱਥੇ ਲੰਗਰ ਚਲਾਉਣ, ਭੁੱਖੇ ਨੂੰ ਰੋਟੀ ਦੇਣ, ਜੇ ਕਿਸੇ ਵੀਰ ਨੂੰ ਦਵਾਈ ਦੀ ਲੋੜ ਹੈ ਉਹਦੀ ਮਦਦ ਕਰਨ, ਜਿਹੜਾ ਵੀ ਸਾਂਝਾ ਪੈਸਾ ਪਿਆ ਮੈਂ ਸਮਝਦਾ ਵੀ ਲੋਕਾਂ ਦੀ ਭਲਾਈ 'ਤੇ ਉਹ ਲੱਗਣਾ ਚਾਹੀਦਾ, ਖਾਸ ਕਰਕੇ ਵੇੜਾ ਜਿਹੜਾ ਰਲ ਮਿਲ ਕੇ ਰਹਿਣ ਦਾ ਵਿਹੜਾ, ਸੋ ਧਾਰਮਿਕ ਸਥਾਨਾਂ ਦਾ ਤਾਂ ਮੁੱਢਲਾ ਫਰਜ਼ ਹੀ ਇਹ ਹੈ, ਸਾਡੇ ਗੁਰੂਆਂ ਦੀ ਵੀ ਸਿੱਖਿਆ ਇਹੀ ਹੈ ਵੀ ਗਰੀਬ ਦੀ ਮਦਦ ਕਰੋ, ਔਖਾ ਵੇਲਾ ਹੁਣ ਪੰਜਾਬ ਦੇ ਉੱਤੇ, ਸਾਨੂੰ ਰਲ ਮਿਲ ਕੇ ਇਹਨਾਂ ਲੋਕਾਂ ਦੀ, ਜਿਹੜੇ ਗਰੀਬ ਬੰਦੇ ਨੇ ਘਰਾਂ 'ਚ ਬੈਠੇ ਨੇ, ਉਹਨਾਂ ਦੀ ਸਾਨੂੰ ਸਪੋਰਟ ਕਰਨੀ ਚਾਹੀਦੀ। ਅੱਛਾ, ਜਿਹੜਾ ਕਰੋਨਾ ਵਾਇਰਸ ਚੱਲ ਰਿਹਾ ਹੈ ਇਹਦੇ ਬਾਰੇ ਕਿੰਨੇ ਕੁ ਅਵੇਅਰ ਨੇ ਲੋਕ ਇੱਥੋਂ ਦੇ? ਬਹੁਤ ਜ਼ਿਆਦਾ ਜੀ, ਬਾਕੀ ਜਿਹੜੇ ਸਾਰਿਆਂ ਨੂੰ ਪਿੰਡ ਪਿੰਡੂ ਜਾ ਕੇ ਸਾਰਿਆਂ ਨੂੰ ਜਾਗਰੂਕ ਕਰੀ ਜਾਂਦੇ ਹਾਂ, ਜਿਹੜਾ ਕੋਈ ਸਪਰੇਅ ਵਾਲਾ ਜਾਂ ਕੋਈ ਹੋਰ ਹੈ ਇਹਦਾ ਵੀ ਮੁਹਿੰਮ ਚੱਲੀ ਜਾਂਦੀ ਹੈ, ਕੋਈ ਰਾਸ਼ਨ ਪਾਣੀ ਹੈ ਜਿਹੜੇ ਘਰੇ ਲੋਕ ਬੈਠੇ ਉਹਨਾਂ ਨੂੰ ਵੀ ਉਪਰਾਲਾ ਕਰ ਰਹੇ, ਉਹਨਾਂ ਨੂੰ ਵੀ ਬਚਾ ਰਹੇ। ਤੁਸੀਂ ਵੀ ਇੱਥੇ ਸੇਵਾ ਨਿਭਾ ਰਹੇ ਹੋ, ਕਿਸ ਤਰ੍ਹਾਂ ਦੀ ਸੇਵਾ ਕਰ ਰਹੇ ਹੋ ਤੁਸੀਂ? ਮੈਂ ਜਿਵੇਂ ਆਹ ਲਾ ਲਓ ਜੀ ਦਵਾਈ ਵਗੈਰਾ ਜਾਂ ਰਾਸ਼ਨ ਵਗੈਰਾ ਜਾਂ ਕਿਸੇ ਨੂੰ ਕੋਈ ਚੀਜ਼ ਦੀ ਕੋਈ ਦਵਾਈ ਦੀ ਜਾਂ ਕਿਸੇ ਚੀਜ਼ ਦੀ ਕਿਸੇ ਨੂੰ ਦਿੱਕਤ ਹੁੰਦੀ ਹੈ ਸਾਡੇ ਨਾਲ ਲੋਕ ਸੰਪਰਕ ਕਰਦੇ ਨੇ ਰੋਜ਼ ਜੀ, ਜਿਵੇਂ ਜਿਵੇਂ ਹੈ ਉਹਨੂੰ ਜੀ। ਤੁਸੀਂ ਝਨੀਰ ਪਿੰਡ 'ਚ ਜਾਂ ਕਿਸੇ ਹੋਰ ਪਿੰਡ ਵੀ ਗਏ ਹੋ? ਨਹੀਂ, ਸਾਡਾ ਕਿ ਪਿੰਡ ਆਪਦਾ ਪਿੰਡ ਤਾਂ ਹੈ, ਬਾਕੀ ਫਿਰ ਇਸ ਤੋਂ ਬਾਅਦ ਲਵੇ ਲਾਉਣੇ ਪਿੰਡਾਂ ਦੇ ਵਿੱਚ ਵੀ ਅਸੀਂ ਆਪਦੇ ਤਰੀਕੇ ਨਾਲ ਕਰਾਂਗੇ। ਤੁਸੀਂ ਛਿੜਕਾਓ ਕਰਨਗੇ ਜਾਂ ਪਿੰਡ 'ਚ ਦੇਖ ਰੇਖ ਕਰਨਗੇ ਕਿਸ ਤਰ੍ਹਾਂ,
ਕਿਸ ਤਰ੍ਹਾਂ ਦਾ ਲੋਕ ਮਹਿਸੂਸ ਕਰ ਰਹੇ ਨੇ? ਲੋੜਵੰਦ ਵਿਅਕਤੀਆਂ ਕੋਲ ਕੋਈ ਰਾਸ਼ਨ ਜਾਂ ਕੋਈ ਸਿਹਤ ਸੇਵਾਵਾਂ ਕੋਈ ਇਸ ਤਰ੍ਹਾਂ ਦੀ ਮਿਲ ਰਹੀਆਂ? ਹਾਂਜੀ ਹਾਂਜੀ ਬਿਲਕੁਲ 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 ਜਿੱਥੇ ਹੋ ਸਕਦਾ ਬਹੁਤ ਤੋਂ ਬਹੁਤ ਜ਼ਿਆਦਾ ਜ਼ਿਆਦਾ ਅਸੀਂ ਪਹੁੰਚਾ ਰਹੇ ਲੋਕਾਂ ਕੋਲ। ਜਿਹੜੇ ਜਿਹੜੇ ਕਿਸਾਨ ਨੇ ਉਹ ਖੇਤ ਜਾਂਦੇ ਆ, ਪੁਲਿਸ ਉਹਨਾਂ ਨੂੰ ਉਹੋ ਜਿਹਾ ਵਰਤੀਰੇ ਆ ਕਿ ਫਰਕ ਹੈ ਕੁਛ ਹੁਣ ਪਹਿਲਾਂ ਨੂੰ? ਜਿਹੜੇ ਜਾ ਰਹੇ ਨੇ ਚਲੋ ਮਜ਼ਬੂਰੀ ਆ ਪਸ਼ੂਆਂ ਵਾਸਤੇ ਵੀ ਉਹਨਾਂ ਨੇ ਜਾਣਾ, ਬਾਕੀ ਕੋਈ ਦਿੱਕਤ ਨਹੀਂ। ਲੋਕ ਆਪ ਹੀ ਜਾਗਰੂਕ ਨੇ, ਸਿਆਣੇ ਨੇ ਅੱਗੇ ਇਹਨਾਂ ਨੂੰ। ਜਦੋਂ ਸਟਾਰਟਿੰਗ ਦੇ ਵਿੱਚ ਥੋੜ੍ਹੀ ਪ੍ਰੋਬਲਮ ਆਈ, ਪ੍ਰਸ਼ਾਸਨ ਨੂੰ ਆਈ, ਲੋਕਾਂ ਨੂੰ ਆਈ, ਗੱਲ ਕਰ ਜਿਵੇਂ ਜਿਵੇਂ ਸਮਾਂ ਚੱਲੀ ਜਾਂਦਾ ਉਵੇਂ ਲੋਕ ਵੀ ਜਾਗਰੂਕ ਹੋਈ ਜਾਂਦੇ ਨੇ। ਪੁਲਿਸ ਨੂੰ ਵੀ ਕੋਈ ਐਡਾ ਵਾਲਾ ਉਹ ਪਹਿਲੇ ਦੀ ਗੱਲ ਨਹੀਂ। ਕਿੰਨੇ ਦਿਨ ਹੋ ਗਏ ਤੁਹਾਨੂੰ ਇਹਦੇ 'ਚ ਲੱਗੇ ਨੂੰ ਕਾਰਜ 'ਚ? ਸਾਨੂੰ ਲਗਭਗ 22 ਤਰੀਕ ਨੂੰ ਹੋਇਆ ਸੀ, ਅਸੀਂ 23-24 ਤੋਂ ਲਗਭਗ ਤੁਹਾਨੂੰ ਕੋਈ ਲੱਗਿਆ ਵੀ ਸਰਕਾਰ ਨੂੰ ਜੇ ਸਰਕਾਰ ਇਸ ਤਰ੍ਹਾਂ ਦਾ ਉਪਰਾਲਾ ਕਰੇ ਜਾਂ ਪ੍ਰਸ਼ਾਸਨ ਇਸ ਤਰ੍ਹਾਂ ਦਾ ਉਪਰਾਲਾ ਤਾਂ ਹੋਰ ਵੀ ਸੌਖਾ ਹੋ ਸਕਦਾ? ਇਸ ਤਰ੍ਹਾਂ ਦੀ ਕੋਈ ਲੱਗੀ ਇਸ ਤਰ੍ਹਾਂ ਦੀ ਗੱਲ? ਕਿਸ ਤਰ੍ਹਾਂ ਦੀ ਮਤਲਬ ਲੱਗਿਆ ਵੀ ਸਰਕਾਰ ਹੋਰ ਰਿਹਾ ਕਰੇ ਜਾਂ ਕਰੇ? ਜਿਵੇਂ ਰਾਸ਼ਨ ਦਾ ਲਾ ਲਓ, ਜ਼ਰੂਰਤਮੰਦਾਂ ਦਾ ਜਿਹੜੇ ਕੋਈ ਦਵਾਈ ਵਗੈਰਾ, ਹੁਣ ਅਸੀਂ ਦੇਖ ਰਹੇ ਹਾਂ ਥੋੜ੍ਹਾ ਜਿਹਾ ਡਿਸਕਸ ਕਰਕੇ ਦਵਾਈ ਦਾ ਵੀ ਹੈ। ਜਿਹੜੇ ਬੰਦੇ ਕੋਈ ਮੰਨ ਲਓ ਡਾਕਟਰਾਂ ਨਾਲ ਡਿਸਕਸ ਕਰਕੇ, ਜਿਹੜੇ ਬੰਦੇ ਘਰਾਂ 'ਚ ਬੈਠੇ ਨੇ ਉਹਨਾਂ ਕੋਲ ਸਾਧਨ ਨਹੀਂ ਹੈ ਕੋਈ ਦਵਾਈ ਦਾ ਜਾਂ ਪੈਸੇ ਦੇਣ ਦਾ ਜਾਂ ਕੁਝ ਹੈ, ਉਹ ਜਾਂ ਵੀ ਅਸੀਂ ਦੇਖਦੇ ਹਾਂ ਪਰਿਵਾਰਾਂ ਨੂੰ ਵੀ ਅਸੀਂ ਦਵਾਈ ਦਵਾਈ। Thank you.